ਅੱਜ ਅਸੀਂ ਸਰਦਾਰ ਜੂਤ ਸਿੰਘ ਲੰਬੜਦਾਰ ਦੇ ਆਖਣ ਤੇ ਉਹਦੇ ਲਹਿੰਦੇ ਪੰਜਾਬ ਵਾਲੇ ਪਿੰਡ 351 ਜੀਂਬੇ ਕਲਿਆਣ ਦਾਸ ਸੂਰਜਪੁਰ ਉੱਥੇ ਅਪੜੇ ਹੋਏ ਹਾਂ। ਇਹ ਪਿੰਡ ਜ਼ਿਲ੍ਹਾ ਟੋਭਾ ਟੇਕ ਸਿੰਘ ਦੀ ਤਹਿਸੀਲ ਗੋਜਰਾ ਦੇ ਵਿੱਚ ਗੋਜਰ ਮੋਚੀ ਵਾਲੇ ਰੋਡ ਦੇ ਉੱਤੇ ਮੋਟਰਵੇ M4 ਤੇ ਚੰਗ ਬਰਾਜ ਨਹਿਰ ਦੇ ਵਿਚਕਾਰ ਦੇ ਵਿੱਚ ਆਉਂਦਾ ਹੈ। 1947 ਦੀਆਂ ਵੰਡਾਂ ਤੋਂ ਪਹਿਲਾਂ ਇਹ ਸਾਰੇ ਦਾ ਸਾਰਾ ਸਿੱਖਾਂ ਦਾ ਪਿੰਡ ਸੀ। ਇੱਥੋਂ ਦੇ ਸਿੱਖ ਵੱਡੇ ਜਾਗੀਰਦਾਰ ਸੀ, ਉਹਨਾਂ ਦੇ ਚੜ੍ਹਦੇ ਪੰਜਾਬ 'ਚ ਵੀ ਰਕਬੇ ਸੀ ਅਤੇ ਇੱਥੇ ਵੀ। ਉਹਨਾਂ ਸਿੱਖਾਂ ਆਪਣੀ ਰਖਵਾਲੀ ਕਰਕੇ ਪਿੰਡ 'ਚ ਆਉਣ ਵਾਲਿਆਂ ਵਾਸਤੇ ਸਿਰਫ ਇਹੋ ਜਿਹੇ 4 ਦਰਵਾਜ਼ੇ ਰੱਖੇ ਹੋਏ ਸੀ। ਇਸ ਪਿੰਡ ਦੇ ਚੜ੍ਹਦੇ ਪਾਸੇ ਉਹਨਾਂ 4 ਦਰਵਾਜ਼ਿਆਂ 'ਚੋਂ ਇੱਕ ਦਰਵਾਜ਼ੇ ਦਾ ਮੱਥਾ ਹਲੇ ਵੀ ਬਾਕੀ ਹੈ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ। ਪਿੰਡ ਕਲਿਆਣ ਦਾਸ ਵਿੱਚ ਉਸ ਵੇਲੇ ਸਿੱਖਾਂ ਦੇ 4 ਵੱਡੇ ਹੱਤੇ ਸੀ। ਇੱਕ ਸਰਦਾਰ ਜੂਤ ਸਿੰਘ ਦਾ, ਦੂਜਾ ਸੋਹਣ ਸਿੰਘ ਦਾ, ਫਿਰ ਰਣਜੀਤ ਸਿੰਘ ਦਾ ਅਤੇ ਇੱਕ ਹੱਤਾ ਬਖਸ਼ੀ ਰਾਮ ਹਿੰਦੂ ਸੰਭਾਲਦਾ ਸੀ। ਇਹ ਪਿੰਡ ਦਾ ਵਿਚਕਾਰਲਾ ਖੂਹ ਵਾਲਾ ਚੌਕ ਏ, ਇੱਥੇ ਸਿੱਖਾਂ ਦਾ ਗੁਰਦੁਆਰਾ ਸੀ। ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ ਬਾਜ਼ਾਰ ਵੀ ਉਹੀ, ਮਿਕਨਾਤੀ ਸੀ ਖਿੱਚਦੀ ਸ਼ਕਤੀ, ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ? ਸਿੱਖਾਂ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਉਸ ਵੇਲੇ 5 ਮਰੱਬੇ ਰਕਬਾ ਮਾਦਰੀ ਭਗਵਾਨੀ ਦਾ ਸੀ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ? ਕਲਿਆਣ ਦਾਸ ਦੇ ਵਿੱਚ ਸਿਆਲਕੋਟੀਏ ਜੱਟ ਤੇ ਖਰਲ ਪੁਰਾਣੇ ਬੈਠੇ ਹੋਏ ਸੀ। ਮਹਾਜਰਾਂ ਦੇ ਵਿੱਚ ਹੁਸ਼ਿਆਰਪੁਰ ਦੇ ਰਾਜਪੂਤ, ਨਕੋਦਰ ਹੁਸ਼ਿਆਰਪੁਰ ਦੇ ਅਰਾਈ ਤੇ ਪਿੰਡ ਹੰਬੜਾਂ ਜ਼ਿਲ੍ਹਾ ਲੁਧਿਆਣਾ ਦੇ ਗੁੱਜਰ ਬੈਠੇ ਹੋਏ ਨੇ। ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ? ਸਾਡੇ ਪਿੰਡ ਦੀ ਸੰਤੀ ਵਰਗਾ ਮੇਲਾ ਸੂਟੀਏ ਨਾਇਤਾਂ ਪਾਇਆ, ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਈ।